ਅੱਜ ਪੂਰੀ ਦੁਨੀਆ ਦੇ ਵਿੱਚ ਵਰਲਡ ਥੈਲੀਸੀਮੀਆ ਡੇ ਮਨਾਇਆ ਜਾ ਰਿਹਾ ਹੈ। ਅਸੀਂ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ ਵੀ ਇਹ ਦਿਨ ਮਨਾਇਆ ਜਾ ਰਿਹਾ ਹੈ। ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਕੈਂਪ ਲਗਾਇਆ ਗਿਆ ਹੈ, ਜਿਹਦੇ ਵਿੱਚ ਵਰਲਡ ਥੈਲੀਸੀਮੀਆ ਡੇ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣਾ ਬਲੱਡ ਡੋਨੇਟ ਕਰਨ। ਮੈਂ ਦੱਸਣਾ ਚਾਹਾਂਗਾ ਕਿ ਵਰਲਡ ਥੈਲੀਸੀਮੀਆ ਡੇ ਜਿਹੜਾ ਹੈ, ਥੈਲੀਸੀਮੀਆ ਡਿਪਾਰਟਮੈਂਟ ਆਫ ਪੈਡੀਆਟ੍ਰਿਕ ਸ਼੍ਰੀ ਗੁਰੂ ਰਾਮਦਾਸ ਥੈਲੀਸੀਮੀਆ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਕੀਤਾ ਜਾ ਰਿਹਾ ਹੈ। ਇਹ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿਹਦੇ ਨਾਲ ਥੈਲੀਸੀਮੀਆ ਦੇ ਨਾਲ ਬੱਚੇ ਨੇ, ਜਿਹੜੇ ਥੈਲੀਸੀਮੀਆ ਨਾਲ ਪੀੜਿਤ ਨੇ, ਉਹਨਾਂ ਬੱਚਿਆਂ ਨੂੰ ਇਹ ਜਿਹੜਾ ਖੂਨ ਹੈ ਫ੍ਰੀ ਦਿੱਤਾ ਜਾਂਦਾ ਹੈ। ਸੋ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਹਸਪਤਾਲ ਜਿਹੜਾ ਵੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ, ਉਹਦੇ ਤਹਿਤ ਇਹ ਕੈਂਪ ਵੀ ਲਗਾਇਆ ਗਿਆ। ਡਾਕਟਰ ਸਾਹਿਬ, ਵਰਲਡ ਥੈਲੀਸੀਮੀਆ ਡੇ ਅੱਜ ਮਨਾਇਆ ਜਾ ਰਿਹਾ ਹੈ ਅਤੇ ਕੈਂਪ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਲਗਾਇਆ ਗਿਆ ਹੈ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸਿਓ ਡਾਕਟਰ ਸਾਹਿਬ ਕਿ ਕੀ ਹੈ, ਕਿਸ ਤਰ੍ਹਾਂ ਹੈ ਅੱਜ ਦੀ ਤਰੀਕ ਦੇ, ਕਿਉਂਕਿ ਅਸੀਂ ਅੱਜ ਬਹੁਤ ਆਧੁਨਿਕਤਾ ਦੀ ਤਰਫ ਵੱਧਦੇ ਜਾ ਰਹੇ ਹਾਂ ਪਰ ਸਾਡੇ ਉੱਤੇ ਹਜੇ ਵੀ ਇਹਦਾ ਗ੍ਰਹਿਣ ਹੈ। ਥੈਲੀਸੀਮੀਆ ਨਾ ਇੱਕ ਬੱਚਿਆਂ ਦੀ ਬਲੱਡ ਦੀ ਪ੍ਰੋਬਲਮ ਹੈ, ਜਿਹਦੇ ਵਿੱਚ ਉਹਨਾਂ ਨੂੰ ਹਰ ਮਹੀਨੇ ਬਲੱਡ ਦੀ ਲੋੜ ਪੈਂਦੀ, ਕੁਛ ਵੱਡੇ ਬੱਚਿਆਂ ਨੂੰ ਮਹੀਨੇ 'ਚ ਦੋ ਵਾਰੀ ਵੀ ਲੋੜ ਪੈਂਦੀ ਹੈ। SGRD ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲੋਂ ਹਰ ਮਹੀਨੇ ਦੇ ਵਿੱਚ 3-4 ਕੈਂਪ ਇੱਥੇ ਲਗਾਏ ਜਾਂਦੇ ਗੁਰ ਦਰਬਾਰ ਸਾਹਿਬ, ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਫ੍ਰੀ ਬਲੱਡ, ਫ੍ਰੀ ਫਿਲਟਰ, ਫ੍ਰੀ ਐਡਮਿਸ਼ਨ ਸਾਰਾ ਕੁਛ ਸ਼੍ਰੋਮਣੀ ਕਮੇਟੀ ਵੱਲੋਂ ਹੁੰਦਾ। ਇਹ ਬੇਸਿਕਲੀ ਇਸ ਬਿਮਾਰੀ ਨੂੰ ਆਪਾਂ ਅਗਰ ਅਵੇਅਰਨੈਸ ਇੰਕਰੀਜ਼ ਕਰ ਲਈਏ ਤਾਂ ਇਹਨੂੰ ਖਤਮ ਕੀਤਾ ਜਾ ਸਕਦਾ। ਅਵੇਅਰਨੈਸ ਵਧਾਉਣ ਲਈ ਹੀ ਅਸੀਂ ਇਹ ਕੈਂਪ ਲਗਾਉਂਦੇ ਹਾਂ, ਪਲੱਸ ਜਿਹੜੇ ਬੱਚੇ ਦੁਨੀਆ 'ਚ ਆ ਗਏ ਉਹਨਾਂ ਦੀ ਮਦਦ ਵਾਸਤੇ ਕੈਂਪ ਲਗਾਏ ਜਾਂਦੇ ਨੇ। ਡਾਕਟਰ ਸਾਹਿਬ, ਤੁਸੀਂ ਅਵੇਅਰਨੈਸ ਦੀ ਗੱਲ ਕਰ ਰਹੇ ਹੋ, ਕੀ ਕੀ ਸਾਨੂੰ ਇਹ ਪ੍ਰੀਕੋਸ਼ਨਸ ਲਈ ਪਹਿਲੇ ਕੀ ਲੈਣਾ ਪੈਂਦਾ ਕਿ ਜਿਹਦੇ ਨਾਲ ਅਵੇਅਰ ਹੋ ਸਕੀਏ ਕਿ ਇਹ ਜਿਹੜੀ ਬਿਮਾਰੀ ਹੈ ਸਪਰੈਡ ਨਾ ਹੋਵੇ, ਅੱਗੇ ਨਾ ਪੈਦਾ ਹੋਣ, ਕਿਉਂਕਿ ਵਰਲਡ ਦੇ ਪੂਰੀ ਦੁਨੀਆ ਦੇ ਵਿੱਚ ਥੈਲੀਸੀਮੀਆ ਦੇ ਬਹੁਤ ਕੇਸ ਨੇ? ਇਹ ਬੇਸਿਕਲੀ ਇੱਕ ਜੈਨੇਟਿਕ ਬਿਮਾਰੀ ਹੈ। ਅਸੀਂ ਅਗਰ ਮੈਰਿਜ ਹੋਣ ਤੋਂ ਬਾਅਦ ਬੱਚਾ ਪੈਦਾ ਹੋਣ ਤੋਂ ਪਹਿਲੇ ਇੱਕ ਛੋਟਾ ਜਿਹਾ ਟੂ ਟੈਸਟ ਕਰ ਲਈਏ ਅਤੇ ਉਹਦੇ ਨਾਲ ਇਹ ਪਤਾ ਲੱਗ ਜਾਂਦਾ ਬੱਚੇ ਨੂੰ ਥੈਲੀਸੀਮੀਆ ਹੈ ਕਿ ਨਹੀਂ ਹੈ। ਅਗਰ ਉਹ ਬੱਚਾ ਦੁਨੀਆ 'ਚ ਹੀ ਨਾ ਆਵੇ ਤਾਂ ਥੈਲੀਸੀਮੀਆ ਨੂੰ ਆਪਾਂ ਖਤਮ ਕਰ ਸਕਦੇ ਹਾਂ। ਈਵਨ ਹਰ ਮੈਰਿਜੇਬਲ ਏਜ ਜਿਹੜੀ ਹੈ, ਅਗਰ ਉਹਨਾਂ ਦਾ ਆਪਾਂ ਇੱਕ ਟੈਸਟ ਕਰ ਲਈਏ, ਉਹਨਾਂ ਨੂੰ ਪਹਿਲੇ ਹੀ ਪਤਾ ਹੋਵੇ ਵੀ ਉਹ ਥੈਲੀਸੀਮੀਆ ਮਾਈਨਰ ਤਾਂ ਨਹੀਂ ਗਏ। ਅਗਰ ਦੋ ਥੈਲੀਸੀਮੀਆ ਮਾਈਨਰ ਮੈਰਿਜ ਹੀ ਨਾ ਕਰਨ ਤਾਂ ਇਹ ਥੈਲੀਸੀਮੀਆ ਮੇਜਰ ਦੇ ਬੱਚੇ ਦੁਨੀਆ 'ਚ ਆਉਣਗੇ ਨਹੀਂ ਅਤੇ ਹੌਲੀ ਹੌਲੀ ਆਪਾਂ ਜਿਸ ਤਰ੍ਹਾਂ ਪੋਲੀਓ ਰੈਡੀਕੇਟ ਕੀਤਾ, ਆਪਾਂ ਥੈਲੀਸੀਮੀਆ ਨੂੰ ਵੀ ਦੁਨੀਆ 'ਚੋਂ ਖਤਮ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਇੱਕ ਗੱਲ ਦੱਸੀਏ ਕਿ ਬਿਫੋਰ ਮੈਰਿਜ ਅਸੀਂ ਟੈਸਟ ਕਰਾਈਏ, ਕਿਆ ਤੁਸੀਂ ਦੱਸ ਰਹੇ ਹੋ ਜੈਨੇਟਿਕ ਬਿਮਾਰੀ ਹੈ, ਅਸੀਂ ਜਿਹਦਾ ਟੈਸਟ ਕਰਾਂਗੇ ਕਿਆ ਉਹਦੇ ਉਹ ਇਹ ਵੇਖਣਾ ਪਏਗਾ ਕਿ ਪਹਿਲੇ ਉਹਨਾਂ ਦੇ ਕਿਸੇ ਪੇਰੈਂਟ ਨੂੰ ਇਹੋ ਜਿਹੀ ਬਿਮਾਰੀ ਤਾਂ ਨਹੀਂ ਸੀ? ਇਹ ਸਾਡੇ ਨੌਰਥ ਇੰਡੀਆ ਵਾਲੀ ਸਾਈਡ 'ਤੇ ਨਾ ਥੈਲੀਸੀਮੀਆ ਮਾਈਨਰ ਇੱਕ ਚੱਲਦਾ। ਅਗਰ ਥੈਲੀਸੀਮੀਆ ਮਾਈਨਰ ਨੂੰ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੁੰਦੀ, ਸਿਰਫ ਉਹਦਾ ਥੋੜ੍ਹਾ HB ਘੱਟ ਚੱਲਦਾ, ਅਦਰਵਾਈਜ਼ ਲਾਈਫ ਨੋਰਮਲ। ਸਿਰਫ ਉਹਨੂੰ ਅਗਰ ਪਤਾ ਹੋਏਗਾ ਵੀ ਮੈਂ ਥੈਲੀਸੀਮੀਆ ਮਾਈਨਰ ਹਾਂ, ਉਹ ਜਿਹਦੇ ਨਾਲ ਵੀ ਲੜਕੀ ਨਾਲ ਵੀ ਮੈਰਿਜ ਹੋਣੀ ਆ, ਉਹਦਾ ਟੈਸਟ ਹੋ ਜਾਏ ਵੀ ਉਹ ਥੈਲੀਸੀਮੀਆ ਮਾਈਨਰ ਤਾਂ ਨਹੀਂ ਹੈ। 25% ਚਾਂਸ ਹੁੰਦੇ ਆ ਥੈਲੀਸੀਮੀਆ ਮੇਜਰ ਪੈਦਾ ਹੁੰਦੇ। ਮਤਲਬ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ? ਸਿਰਫ ਜਾਣਕਾਰੀ ਦੀ ਕਮੀ ਆ, ਅਗਰ ਜਾਣਕਾਰੀ ਵੱਧ ਜਾਵੇ ਤਾਂ ਆਪਾਂ ਪੋਲੀਓ ਦੀ ਤਰ੍ਹਾਂ ਇਹਨੂੰ ਵੀ ਖਤਮ ਕਰ ਸਕਦੇ ਹਾਂ। ਪੂਰਾ ਅੱਜ ਵਰਲਡ ਥੈਲੀਸੀਮੀਆ ਡੇ ਮਨਾਇਆ ਜਾ ਰਿਹਾ, ਪੂਰੀ ਦੁਨੀਆ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਕੈਂਪ ਲਗਾਏ ਜਾ ਰਹੇ ਨੇ, ਬਲੱਡ ਡੋਨੇਟ ਕੀਤਾ ਜਾ ਰਿਹਾ, ਬਲੱਡ ਡੋਨੇਸ਼ਨ ਲਈ ਤੁਸੀਂ ਜਿਹੜੇ ਥੈਲੀਸੀਮੀਆ ਪੇਸ਼ੈਂਟਸ ਨੇ ਉਹਨਾਂ ਨੂੰ ਬਲੱਡ ਦਿੰਦੇ ਹੋ, ਉਹ ਜਿਹੜਾ ਉਹਨਾਂ ਨੂੰ ਬਲੱਡ ਦੇ ਦਿੰਦੇ ਹੋ ਫ੍ਰੀ ਆਫ ਕੋਸਟ ਦਿੰਦੇ ਹੋ ਜਾਂ ਕੋਈ ਇਹਦੇ 'ਚ ਕ੍ਰਾਈਟੇਰੀਆ ਹੋਰ ਹੈ? ਨਹੀਂ, ਜਿੱਥੇ ਜਿੱਥੇ ਵੀ ਸੁਸਾਇਟੀਜ਼ ਰਨ ਕਰ ਰਹੀਆਂ ਮੋਸਟਲੀ ਜਗ੍ਹਾ 'ਤੇ ਫ੍ਰੀ ਆਫ ਕੋਸਟ ਮਿਲਦਾ। ਸ਼੍ਰੀ ਰਾਮਦਾਸ ਚੈਰੀਟੇਬਲ ਹੋਸਪਿਟਲ 'ਚ ਟੋਟਲੀ ਫ੍ਰੀ ਹੈ, ਵਿਦ ਐਡਮਿਸ਼ਨ, ਵਿਦ ਇਨਵੈਸਟੀਗੇਸ਼ਨ, ਸਭ ਕੁਝ ਇੱਥੇ ਫ੍ਰੀ ਹੈ। ਸਾਡੀ ਬਲੱਡ ਬੈਂਕ ਦੀ ਟੀਮ ਜਿਹੜੀ ਸਾਡੇ ਨਾਲ ਹੈ, ਇਹ ਹਰ ਮਹੀਨੇ ਘੱਟੋ ਘੱਟ ਮਹੀਨੇ 'ਚ 8 ਵਾਰੀ ਦਰਬਾਰ ਸਾਹਿਬ ਜਾਂ ਹੋਰ ਜਗ੍ਹਾ 'ਤੇ ਕੈਂਪ ਲਗਾਉਂਦੇ ਰਹਿੰਦੇ।
ਉਹ ਤਾਂ ਚਲੋ ਕੈਂਪ ਲੱਗ ਗਿਆ, ਬਲੱਡ ਡੋਨੇਸ਼ਨ ਕੈਂਪ ਲੱਗ ਗਿਆ, ਪਰ ਵਰਲਡ ਥੈਲਸੀਮੀਆ ਡੇ ਆ ਗਿਆ ਜਿਸ ਦਿਨ ਆਉਂਦਾ ਹੈ, ਉਦੋਂ ਕੋਈ ਖਾਸ ਇਹਦੇ 'ਤੇ ਤੁਸੀਂ ਇਸ ਪ੍ਰਤੀ ਕੁਛ ਲੋਕਾਂ ਨੂੰ ਸੁਚੇਤ ਕਰਦੇ ਹੋ ਕਿ ਉਹ ਕਿਸੇ ਤਰੀਕੇ ਆਪਣੇ ਆਪ ਨੂੰ ਸੁਚੇਤ ਹੋਣ ਔਰ ਖੂਨ ਵੀ ਦੇਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਥੈਲਸੀਮੀਆ? ਪੂਰੇ ਇੰਡੀਆ ਦੇ ਵਿੱਚ ਨਾ ਜਗ੍ਹਾ ਜਗ੍ਹਾ ਕੈਂਪ ਅਤੇ ਅਵੇਅਰਨੈਸ ਵਾਕਸ ਚੱਲਦੀਆਂ, ਜਿਸ ਤਰ੍ਹਾਂ ਅੱਜ ਦਿੱਲੀ 'ਚ ਵੀ ਇੰਡੀਆ ਗੇਟ 'ਤੇ ਵੀ ਚੱਲ ਰਹੀ ਹੈ। ਉੱਥੇ ਸਾਡੇ ਡਾਕਟਰ ਨੇ, ਡਾਕਟਰ ਅਨੁਪਮ ਸਚਦੇਵ, ਬੜੇ ਸੀਨੀਅਰ ਹਿਮੈਟੋਲੋਜਿਸਟ ਨੇ, ਜਿਸ ਤਰ੍ਹਾਂ ਅਵੇਅਰਨੈਸ ਕੈਂਪੇਨ ਉੱਥੇ ਚੱਲਦਾ ਪਿਆ, ਤਾਂ ਅਲੱਗ ਅਲੱਗ ਜਗ੍ਹਾ 'ਤੇ ਕੈਂਪਸ ਲਗਾ ਕੇ ਇਹ ਅਵੇਅਰਨੈਸ ਵਧਾਈ ਜਾ ਰਹੀ ਹੈ ਲੋਕਾਂ 'ਚ। ਠੀਕ, ਤੁਸੀਂ ਦੱਸ ਰਹੇ ਹੋ ਕਿ ਤੁਸੀਂ ਇੱਥੇ ਹਰ ਮਹੀਨੇ ਦੇ ਵਿੱਚ ਆਉਂਦੇ ਹੋ, ਮੱਸਿਆ ਵਾਲੇ ਦਿਨ ਬਲੱਡ ਕੈਂਪ ਲਗਾਉਂਦੇ ਹੋ, ਸਿਰਫ ਇਹੀ ਕਿ ਵਰਲਡ ਜਿਹੜਾ ਥੈਲਸੀਮੀਆ ਡੇ ਹੈ ਅੱਜ ਹੈਗਾ, ਇਹ ਐਸੇ ਦਿਨ ਖਾਸ ਹੁੰਦਾ ਕਿ ਹਰ ਰੋਜ਼ ਹੁੰਦਾ ਹੈ? ਨਹੀਂ ਵੇਖੋ ਜੀ, ਅਸੀਂ ਤਾਂ ਜਦੋਂ ਵੀ ਕੈਂਪ ਲਾਉਂਦੇ ਥੈਲਾਸੀਮੀਆ ਪੇਸ਼ੈਂਟ ਵਾਸਤੇ ਲਾਉਂਦੇ ਹਾਂ। ਥੈਲਾਸੀਮੀਆ ਨੂੰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਬਲੱਡ ਇਕੱਠਾ ਕਰਕੇ ਦਿੰਦੇ ਹਾਂ, ਅਸੀਂ ਕੋਈ ਗਰਮੀ ਦੀ ਪਰਵਾਹ ਨਹੀਂ ਕਰਦੇ ਜਾਂ ਸਿਆਲ ਦੀ ਪਰਵਾਹ ਕਰਦੇ ਹਾਂ, ਅਸੀਂ ਕੈਂਪ ਲਗਾਉਂਦੇ ਰਹਿੰਦੇ ਹਾਂ, ਕਦੀ ਬੰਦ ਨਹੀਂ ਕੀਤੇ ਕੈਂਪ। ਇਹ ਸਾਡੇ ਕੋਲ ਸੋਸਾਇਟੀ ਕੋਲ ਕਿੰਨੇ ਕੁ ਪੇਸ਼ੈਂਟ ਨੇ ਥੈਲਾਸੀਮੀਆ ਦੇ ਜਿਹੜੇ ਕਿ? ਸਾਡੇ ਕੋਲ ਜੀ 100 ਤੋਂ ਵੱਧ ਪੇਸ਼ੈਂਟ ਹੈਗਾ ਥੈਲਾਸੀਮੀਆ ਦਾ, ਜਿਨ੍ਹਾਂ ਨੂੰ ਹਰ ਪੇਸ਼ੈਂਟ ਨੂੰ 15 ਦਿਨਾਂ ਬਾਅਦ ਲੋੜ ਪੈਂਦੀ ਆ, ਉਹਨਾਂ ਦਾ ਮਾਂ ਪਿਓ ਦੇ ਨਹੀਂ ਸਕਦਾ, ਅਸੀਂ ਉਹਨਾਂ ਨੂੰ ਫ੍ਰੀ ਦਿੰਦੇ, ਫ੍ਰੀ ਲਾ ਕੇ ਦਿੰਦੇ ਹਾਂ। ਇਸ ਤੋਂ ਇਲਾਵਾ ਤੁਹਾਡੇ ਤੋਂ ਇਲਾਵਾ ਜਿਵੇਂ ਸਰਕਾਰੀ ਮੈਡੀਕਲ ਕਾਲਜ ਹੈ, ਹੋਰ ਹੋਸਪਿਟਲਸ ਨੇ, NGOs ਨੇ, ਉਹ ਅਲੱਗ ਅਲੱਗ ਆਪਣੇ ਆਪਣੇ ਤਰੀਕੇ ਨਾਲ ਕਰਦੇ, ਤਾਂ ਸਾਡੇ ਕੋਲ ਕਿੰਨੇ ਕੁ ਪੇਸ਼ੈਂਟ ਨੇ? ਸਾਰੇ ਆਪੋ ਆਪਣੇ ਜਿੰਨਾ ਕੁ ਉਹਨਾਂ ਕੋਲ ਦੇ ਸਕਦੇ ਆ ਦਿੰਦੇ ਆ, ਪਰ ਸਾਰਿਆਂ ਨੂੰ ਵੱਧ ਅੰਮ੍ਰਿਤਸਰ 'ਚ ਅਸੀਂ ਦੇ ਰਹੇ ਹਾਂ। ਹਾਂਜੀ, ਸ਼ੁਕਰੀਆ। ਸੋ ਅੱਜ ਵਰਲਡ ਥੈਲਸੀਮੀਆ ਡੇ ਹੈ, ਵਰਲਡ ਥੈਲਸੀਮੀਆ ਡੇ ਦੇ ਉੱਤੇ ਅੱਜ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਕੈਂਪ ਲਗਾਇਆ ਗਿਆ ਹੈ। ਮੈਂ ਦੱਸਣਾ ਚਾਹਾਂਗਾ ਕਿ ਅੱਜ ਮੱਸਿਆ ਦਾ ਦਿਨ ਹੋਣ ਕਰਕੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਨੇ, ਨਤਮਸਤਕ ਹੁੰਦੇ ਨੇ, ਦੂਰ ਦੁਰਾਡੇ ਤੋਂ, ਪਿੰਡਾਂ ਤੋਂ ਹਰ ਕੋਈ ਆਉਂਦਾ ਹੈ। ਸੋ ਇਸ ਦਿਨ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਆਪਣਾ ਖੂਨ ਦਾਨ ਕਰਨ, ਔਰ ਖਾਸ ਕਰਕੇ ਵਰਲਡ ਥੈਲਸੀਮੀਆ ਡੇ ਦੇ ਉੱਤੇ ਵੀ ਇਸ ਕੈਂਪ ਨੂੰ ਹੋਰ ਹੁੰਗਾਰਾ ਮਿਲਦਾ ਹੈ। ਔਰ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਆਪਣੇ ਵੱਲੋਂ ਜਿਹੜੇ ਥੈਲੇਸੀਮੀਆ ਦੇ ਪੇਸ਼ੈਂਟ ਨੇ ਉਹਨਾਂ ਨੂੰ ਇਹ ਖੂਨ ਫ੍ਰੀ ਦਿੰਦਾ ਰਹੇ, ਔਰ ਇਹ ਖੂਨ ਦੇ ਨਾਲ ਨਾਲ ਜਿਹੜੇ ਟੈਸਟ ਹੁੰਦੇ ਨੇ ਉਹ ਵੀ ਫ੍ਰੀ ਆਫ ਕਾਸਟ ਕੀਤੇ ਜਾਂਦੇ ਨੇ। ਕੈਮਰਾ ਪਰਸਨ ਹਰਿੰਦਰ ਸਿੰਘ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।